ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਤੇ ਅੱਜ ਤੁਹਾਨੂੰ ਇਹੋ ਜਿਹਾ ਪੰਜਾਬ ਦਾ ਇਹੋ ਜਿਹਾ ਕੌੜਾ ਸੱਚ ਦਿਖਾਉਣ ਜਾ ਰਿਹਾ ਵੀ ਆਹ ਦਿਨ ਵੀ ਦੇਖਣੇ ਸੀ ਪੰਜਾਬ ਨੇ ਹਨਾ ਜਿਸ ਤਰ੍ਹਾਂ ਇਹ ਰੋਡ ਹੈ ਇਹਨੂੰ ਅਜੀਤ ਰੋਡ ਕਹਿੰਦੇ ਆ ਠੀਕ ਹੈ ਇਹਨੂੰ ਕੈਨੇਡਾ ਵਾਲੀ ਗਲੀ ਵੀ ਕਿਹਾ ਜਾਂਦਾ ਬਠਿੰਡਾ ਦੇ ਵਿੱਚ ਕਾਰਨ ਆ ਕਿਉਂਕਿ ਇੱਥੇ ਬਹੁਤ ਜ਼ਿਆਦਾ ਆਪਾਂ ਅੱਗੇ ਗੱਲ ਕਰ ਗਏ ਜਿਹੜੇ ਆਇਲਸ ਦੇ ਜਾਂ ਆਪਾਂ ਗੱਲ ਕਰੀਏ ਵੀਜ਼ੇ ਵਾਲਿਆਂ ਦੇ ਹਨਾ ਆਇਲਸ ਸਪੋਕਣ ਜਾਂ ਵੀਜ਼ੇ ਵੂਜ਼ੇ ਲਵਾਉਣ ਵਾਲਿਆਂ ਦੇ ਜਿਹੜੇ ਆਫਿਸ ਹੈ ਠੀਕ ਹੈ ਇਹ ਬਹੁਤ ਵੱਡੀ ਗਲੀ ਹੈ ਇੱਥੋਂ ਲੈ ਕੇ ਆਪਾਂ ਕਹੀਏ ਫੌਜੀ ਚੌਂਕ ਤੋਂ ਲੈ ਕੇ ਬਠਿੰਡੇ ਦੇ ਤੋਂ ਜਿਹੜਾ ਹੈਗਾ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਦੇ ਬੁੱਤ ਤੱਕ ਜਿਹੜਾ ਹੈਗਾ ਇਹ ਗਲੀ ਜਾਂਦੀ ਹੈ ਠੀਕ ਹੈ ਇੱਥੇ ਪੜ੍ਹਾਈ ਹੁੰਦੀ ਹੈ ਪਰ ਹੁਣ ਬਠਿੰਡੇ ਦੇ ਵਿੱਚ ਇੱਕ ਇਹੋ ਜਿਹੇ ਪੋਸਟਰ ਲੱਗ ਗਏ ਹੈ ਕਿ ਸ਼ਾਇਦ ਜਿਹੜਾ ਹੈਗਾ ਤੁਹਾਨੂੰ ਇਹ ਚੀਜ਼ ਸ਼ਰਮ ਆ ਜਾਣੀ ਹੈ ਕਾਰਨ ਆ ਕਿ ਹੁਣ ਜਿਹੜਾ ਹੈਗਾ ਪੰਜਾਬ ਦੀਆਂ ਕੁੜੀਆਂ ਦੀ ਨਮਾਇਸ਼ ਲੱਗਿਆ ਕਰੂਗੀ ਅਤੇ ਨਮਾਇਸ਼ ਵਾਸਤੇ ਬਕਾਇਦਾ ਤੌਰ 'ਤੇ ਪੂਰੇ ਬਠਿੰਡੇ ਦੇ ਵਿੱਚ ਪੋਸਟਰ ਲਾਏ ਗਏ ਆ ਠੀਕ ਆ ਫਿਲਹਾਲ ਇਹ ਮਾਮਲਾ ਜਿਉਂ ਹੀ ਮੀਡੀਆ ਦੇ ਧਿਆਨ 'ਚ ਆਇਆ ਜਿਹੜੇ ਅਲੱਗ ਅਲੱਗ ਚੈਨਲ ਆ ਚਾਹੇ ਪ੍ਰਾਈਮ ਏਸ਼ੀਆ ਚਾਹੇ ਅਜੀਤ ਆ ਅਤੇ ਹੋਰ ਛੋਟੇ ਵੱਡੇ ਚੈਨਲ ਆਣੇ ਹੁਣ ਇਹ ਗੱਲ ਅਸੀਂ ਉਠਾਉਣੀ ਚਾਹੀਦਾ ਹੈ ਅਤੇ ਤੁਹਾਨੂੰ ਦਿਖਾਉਣਾ ਮਾਮਲਾ ਹੈ ਕੀ ਮਾਮਲਾ ਤੁਹਾਨੂੰ ਮੈਂ ਅੱਗੇ ਜਾ ਕੇ ਦਿਖਾਉਣਾ ਇੱਧਰਲੇ ਪਾਸੇ ਚੱਲ ਗਏ ਕਿ ਆਹ ਜਿਹੜੀ ਚੀਜ਼ ਆ ਇੱਥੇ ਚੱਲ ਰਹੀ ਹੈ ਕਿ ਲਿਖਿਆ ਕੀ ਆ ਪੋਸਟਰ ਜਿਹੜੇ ਸ਼ਹਿਰ 'ਚ ਲੱਗੇ ਆ ਠੀਕ ਆ ਹਰ ਥਾਂ 'ਤੇ ਗਲੀ ਮੁਹੱਲਿਆਂ 'ਚ ਲੱਗੇ ਆ ਇਹਦੇ 'ਚ ਕੀ ਆ ਦੇਖਣ 'ਚ ਐਂ ਲੱਗਦਾ ਵੀ ਸ਼ਾਇਦ ਕਰਵਾ ਚੌਥ ਦੀ ਮਸ਼ਹੂਰੀ ਹੋਣੀ ਹੈ ਕੀ ਮੁਕਾਬਲਾ ਸੁੰਦਰ ਲੜਕੀਆਂ ਦਾ ਮੁਕਾਬਲਾ ਸਵੀਟ ਮਿਲਨ ਹੋਟਲ ਬਠਿੰਡਾ ਜਿਹੜਾ ਕਿ ਆਪਾਂ ਕਹੀਏ ਮਿੱਤਲ ਮਾਲ ਦੇ ਨੇੜੇ ਆ 23 ਤਰੀਕ ਨੂੰ 12 ਤੋਂ 2 ਵਜੇ ਨੂੰ ਜਰਨਲ ਕਾਸਟ ਸੁੰਦਰ ਲੜਕੇ ਦਾ ਮੁਕਾਬਲਾ ਹੋਣਾ ਬਾਈ ਮੁਕਾਬਲਾ ਜਿੱਤਣ ਵਾਲੀ ਜਨਰਲ ਕਾਸਟ ਸੁੰਦਰ ਲੜਕੇ ਨੂੰ ਕੈਨੇਡਾ NRI ਜਨਰਲ ਕਾਸਟ ਪੱਕੇ ਲੜਕੇ ਦੇ ਪੱਕੇ ਵਿਆਹ ਦੀ ਆਫਰ ਦਿੱਤੀ ਜਾਊਗੀ ਚਾਹਵਣ ਲੜਕਿਆਂ ਸਮੇਂ ਸਿਰ ਪਹੁੰਚਣ ਆਹ ਥੱਲੇ ਜਿਹੜੇ ਹੈਗਾ ਕੰਟੈਕਟ ਨੰਬਰ ਦਿੱਤੇ ਹੋਏ ਆ ਠੀਕ ਆ ਮੈਂ ਵੀ ਫੋਨ ਲਾ ਕੇ ਪੁੱਛਦਾ ਇਹਨਾਂ ਨੂੰ ਆਪਾਂ ਠੀਕ ਹੈ ਤਾਂ ਤੁਸੀਂ ਇਹ ਦੇਖ ਲਓ ਵੀ ਆਹ ਹਾਲਾਤ ਹੋ ਗਏ ਆ ਸਾਡੇ ਪੰਜਾਬ ਦੇ ਕਿ ਹੁਣ ਕੁੜੀਆਂ ਦੀ ਨਮਾਇਸ਼ ਲੱਗਿਆ ਕਰੂ ਪਹਿਲੀ ਗੱਲ ਤਾਂ ਇਹਨਾਂ ਦੇ ਉੱਤੇ ਪਹਿਲਾਂ ਜਿਹੜਾ ਹੈਗਾ ਕਾਸਟ ਵਾਈਜ਼ ਨੂੰ ਜਿਹੜਾ ਹੈਗਾ ਬੜਾਪਾ ਦੇਣ ਦਾ ਜਾਂ ਕਿਸੇ ਨੂੰ ਨੀਵਾਂ ਦਿਖਾਉਣ ਦਾ ਪਹਿਲਾਂ ਪਰਚਾ ਹੋਣਾ ਚਾਹੀਦਾ ਹੈ ਨਾ ਦੂਜੀ ਗੱਲ ਇਹ ਹੈ ਕਿ ਇਹ ਦੇਖ ਲਓ ਵੀ ਭਾਈ ਹੁਣ ਕੈਨੇਡਾ ਜਾਣਾ ਕਿਸੇ ਨੇ ਤਾਂ ਹੁਣ ਜਿਹੜੀਆਂ ਕੁੜੀਆਂ ਜਿਵੇਂ ਆਪਾਂ ਕਹੀਏ ਨਮਾਇਸ਼ ਲੱਗਿਆ ਕਰੂਗੀ ਭਾਈ ਜਿਹੜੀਆਂ 10-15-20 ਕੁੜੀਆਂ ਆਉਣਗੀਆਂ ਠੀਕ ਹੈ ਇੱਕ ਹੋਟਲ ਦੇ ਕਮਰੇ 'ਚ ਬੁਲਾਉਣਗੇ ਉਹਨਾਂ ਨੂੰ ਠੀਕ ਆ ਉਦੋਂ ਬਾਅਦ ਇਹ ਆਫਰ ਦੇਣਾ ਹੋ ਸਕਦਾ ਇਹਦੇ 'ਚ ਕਿ ਇਹ ਹੋ ਸਕਦਾ ਕਿ ਕੋਈ ਬਹੁਤ ਵੱਡਾ ਆਪਾਂ ਕਹੀਏ ਨੈਕਸਸ ਹੋਵੇ ਹੋ ਸਕਦਾ ਇਹਨਾਂ ਦਾ ਕੀ ਅੱਗੇ ਹੋਣਾ ਕੁੜੀਆਂ ਨਾਲ ਉਹ ਤਾਂ ਅੱਗੇ ਜਾਣਾ ਨਾ ਪਰ ਸਭ ਤੋਂ ਵੱਡੀ ਗੱਲ ਆ ਕਿ ਸਵੀਟ ਮਿਲਨ ਹੋਟਲ ਆ ਜਿਹੜਾ ਬਠਿੰਡਾ ਹੈ ਨਾ ਹੁਣ ਆਪਾਂ ਇਹਨਾਂ 'ਤੇ ਫੋਨ ਕਰਕੇ ਬਾਅਦ ਲਾਈਵ ਫੋਨ ਪੁੱਛੀ ਚੱਕਦਾ ਹਾਂ ਮਾੜਾ ਗੱਡੀ ਕੱਢਿਓ ਬਈ ਮਾੜਾ ਜਿਹਾ ਸੋ ਫਿਲਹਾਲ ਅਲੱਗ ਅਲੱਗ ਆਪਾਂ ਕਹੀਏ ਸਾਰੇ ਜਿੰਨਾ ਜਿਹੜੇ ਹੈਗਾ ਪੱਤਰਕਾਰ ਭਾਈ ਆ ਸਾਡੇ ਉਹ ਵੀ ਆਏ ਆ ਫਿਲਹਾਲ ਆਪਾਂ ਉਹਨਾਂ ਨੰਬਰਾਂ ਨੂੰ ਫੋਨ ਲਾ ਕੇ ਪੁੱਛਦੇ ਹਾਂ ਵੀ ਭਾਈ ਆ ਤੁਸੀਂ ਕੰਮ ਕੀ ਚਲਾਇਆ ਹੋਇਆ ਹੈ ਨਾ ਤਾਂ ਆਪਾਂ ਅੱਗੇ ਗੱਲ ਜਿਹੜਾ ਹੈਗਾ ਪੁੱਛਦੇ ਹਾਂ ਵੀ ਕੀ ਸਿਸਟਮ ਹੈ ਇਹਨਾਂ ਦਾ ਫਿਲਹਾਲ ਫੋਨ ਜਿਹੜਾ ਹੈਗਾ ਕਿਉਂਕਿ ਜਿਵੇਂ ਹੀ ਆਪਾਂ ਗੱਲ ਕਰੀਏ ਇਹ ਮਾਮਲੇ ਨੂੰ ਜਦੋਂ ਮੀਡੀਆ ਨੇ ਜਿਹੜਾ ਹੈਗਾ ਕਵਰ ਕੀਤਾ ਹੈ ਨਾ ਤਾਂ ਅੱਜ ਇਹ ਤਾਂ ਕਹਿੰਦਾ ਪ੍ਰੋਗਰਾਮ ਰੱਦ ਕਰਤਾ ਹੈ ਤਾਂ ਇਹਨੂੰ ਬੜੀ ਜਸਾ ਕੋਟ ਲਹਰਾਏ ਕਿਹੜਾ ਖਬਰ ਹੈ ਅਤੇ ਕਿਹਨੇ ਕਰਾਇਆ ਸੀ ਜ਼ਰੂਰ ਦੱਸਿਓ ਥੋੜ੍ਹਾ ਜਿਹਾ ਠੀਕ ਹੈ ਵੀ ਆਹ ਤੁਸੀਂ ਦੇਖ ਲਓ ਹੁਣ ਇਹ ਬੰਦੇ ਜਿਹੜੇ ਹੈਗਾ ਫੋਨ ਨਹੀਂ ਚੱਕਦੇ ਪਰ ਗੱਲ ਉਹੀ ਗੱਲ ਆ ਗੱਲ ਸਹੇ ਦੀ ਨਹੀਂ ਗੱਲ ਪਹੇ ਦੀ ਆ ਜਿਹੜੀ ਆ ਫੜੀ ਯਾਰ ਮਾੜਾ ਜਿਹਾ ਤਾਂ ਤੁਸੀਂ ਦੇਖ ਲਓ ਵੀ ਇਹੋ ਜਿਹੇ ਪ੍ਰੋਗਰਾਮ ਆ ਜੇ ਪੰਜਾਬ ਦੇ ਵਿੱਚ ਧਰਤੀ 'ਤੇ ਹੋਇਆ ਕਰਨਗੇ ਵੀ ਇੱਕ ਬੁੜਾ ਆਇਆ ਕਰੂਗਾ ਜਾਂ ਇੱਕ ਉਹਦੀ ਜਿਹੜੀ ਕਾਬਲੀਅਤ ਆ ਵੀ ਉਹ ਕੈਨੇਡਾ ਦਾ ਪੱਕਾ PR ਹੈ ਜਾਂ ਕਿਸੇ ਹੋਰ ਦੇਸ਼ ਦਾ PR ਹੈ ਅਤੇ ਉਹ ਕੁੜੀਆਂ 20-25 ਬੁਲਾਇਆ ਕਰਨਗੇ ਲਾਈਨ ਦੇ ਵਿੱਚ ਲਾ ਲਿਆ ਕਰਨਗੇ ਅਤੇ ਉਦੋਂ ਬਾਅਦ ਜਿਹੜਾ ਹੈਗਾ ਪੰਜਾਬ ਦੇ ਵਿੱਚ ਆਹ ਕੁਝ ਜਿਹੜਾ ਹੈਗਾ ਚੱਲਿਆ ਕਰੂ ਤੁਸੀਂ ਦੇਖ ਲਓ ਵੀ ਆਹ ਜਿਹੜਾ ਹੈਗਾ ਪੰਜਾਬ ਆਪਾਂ ਗੱਲ ਕਰੀਏ ਤਾਂ ਤੁਸੀਂ ਦੇਖ ਲਓ ਵੀ ਇਹ ਸਿਸਟਮ ਜਿਹੜਾ ਹੈਗਾ ਪੰਜਾਬ ਦੇ ਵਿੱਚ ਚੱਲ ਰਿਹਾ ਅਤੇ ਸਾਡੀਆਂ ਜਿਹੜੀਆਂ ਸਰਕਾਰਾਂ ਬੇਖਬਰ ਹੈ ਠੀਕ ਹੈ ਜਿਹੜਾ ਹੈਗਾ ਲਗਭਗ ਪੂਰੇ ਜਿਹੜਾ ਬਠਿੰਡੇ ਦੀਆਂ ਕੰਧਾਂ ਕਾਲੀਆਂ ਹੋਈਆਂ ਪਈਆਂ ਠੀਕ ਹੈ ਅਤੇ ਖਾਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਯਾਰ ਇਹ ਬੰਦਿਆਂ ਦਾ ਪਤਾ ਕੀਤਾ ਜਾਵੇ ਖਾਸ ਕਰਕੇ ਸਵੀਟ ਮਿਲਣ ਵਾਲਿਆਂ ਨੂੰ ਪੁੱਛਿਆ ਜਾਵੇ ਬਾਈ ਆਹ ਤੁਹਾਨੂੰ ਬੁਕਿੰਗ ਕਿਹੜੇ ਬੰਦਿਆਂ ਨੇ ਦਿੱਤੀ ਹੈ ਹੈ ਨਾ ਉਦੋਂ ਬਾਅਦ ਉਹਨਾਂ 'ਤੇ ਬਕਾਇਦਾ ਤੌਰ 'ਤੇ ਜਿਹੜਾ ਹੈਗਾ ਕਾਰਵਾਈ ਕਰਨੀ ਚਾਹੀਦੀ ਨਹੀਂ ਤਾਂ ਜੇਕਰ ਆਏ ਕੁੜੀਆਂ ਦੀ ਨਮਾਇਸ਼ ਲੱਗਣ ਲੱਗ ਗਈ ਤਾਂ ਉਹਨਾਂ ਦਾ ਟਾਈਮ ਮੈਨੂੰ ਲੱਗਦਾ ਪਹਿਲਾਂ ਆਪਾਂ ਸਿਰਾਂ ਤੋਂ ਚੁਣੀਆਂ ਗਈਆਂ ਠੀਕ ਆ ਅਤੇ ਹੌਲੀ ਹੌਲੀ ਆਪਾਂ ਵੈਸਟਰਨ ਵਾਲੇ ਪਾਸੇ ਲੱਭਦੇ ਹਾਂ ਤਾਂ ਹੌਲੀ ਹੌਲੀ ਮੈਨੂੰ ਲੱਗਦਾ ਕਿਤੇ ਗਜਨੀ ਦੇ ਬਾਜ਼ਾਰਾਂ ਵਾਲਾ ਕੰਮ ਨਾ ਚੱਲ ਪਏ ਕਿਉਂਕਿ ਇਹ ਚੀਜ਼ ਨੂੰ ਜ਼ਰੂਰ ਜਿਹੜਾ ਹੈਗਾ ਸਾਨੂੰ ਵਿਚਾਰਨਾ ਚਾਹੀਦਾ ਖਾਸ ਕਰਕੇ ਦੂਜੀ ਗੱਲ ਹੈ ਕਿ ਇੱਥੋਂ ਜਿਹੜਾ ਹੈਗਾ ਸਾਰੇ ਜਿਹੜਾ ਹੈਗਾ ਜਵਾਕਾਂ ਨੇ ਜਾਣਾ ਸਟੂਡੈਂਟਾਂ ਨੇ ਜਾਣਾ ਹੈ ਨਾ ਕਿਉਂਕਿ ਜਿਹੜਾ ਪੂਰੇ ਦਾ ਪੂਰਾ ਅਜੀਤ ਰੋਡ ਹੈ ਠੀਕ ਹੈ ਇਹ ਆਪਾਂ ਗੱਲ ਕਰੀਏ
ਸਟੂਡੈਂਟ ਨਾਲ ਭਰਿਆ ਰਹਿੰਦਾ ਹੈ ਨਾ, ਤਾਂ ਇੱਥੇ ਕੀ ਬੰਦਿਆਂ ਦੇ ਦਿਮਾਗ 'ਤੇ ਜਿਹੜੀ ਹੈਗੀ ਆ ਜਾਂ ਕੀ ਜਵਾਕਾਂ ਨੂੰ ਕੀ ਸੇਧ ਮਿਲਣੀ ਹੈ ਯਾਰ ਆਹ ਚੀਜ਼ਾਂ 'ਤੇ ਹੈ ਨਾ, ਤਾਂ ਤੁਸੀਂ ਦੇਖ ਲਓ ਵੀ ਆਹ ਜਿਹੜਾ ਹੈਗਾ ਸਿਸਟਮ ਹੈ ਇਹ ਚੱਲ ਰਿਹਾ ਫਿਲਹਾਲ, ਜਿਉਂ ਹੀ ਖਬਰ ਇਹ ਚੀਜ਼ਾਂ ਹੁਣ ਸਾਹਮਣੇ ਆਉਂਦੀਆਂ ਤਾਂ ਬਕਾਇਦਾ ਤੌਰ 'ਤੇ ਪ੍ਰਸ਼ਾਸਨ ਨੂੰ ਵੀ ਸਵਾਲ ਪੁੱਛੇ ਜਾਣਗੇ, ਪਰ ਫਿਲਹਾਲ ਇਹ ਹੈਗਾ ਪ੍ਰਸ਼ਾਸਨ ਨੂੰ ਇਹਨਾਂ ਨੂੰ ਕੱਢ ਹੱਥੀ ਲੈਣਾ ਚਾਹੀਦਾ ਜਿਹੜੇ ਇਸ ਤਰ੍ਹਾਂ ਦੇ ਆਂਸਰ ਹੈ, ਠੀਕ ਆ, ਜਿਹੜੇ ਕਿ ਖਾਸ ਕਰਕੇ ਸਾਡੀ ਆਪਾਂ ਗੱਲ ਕੀਤਾ ਜਿਹੜਾ ਹੈਗਾ ਕਹਿੰਦਾ ਬਈ ਕਹਿੰਦਾ ਛਿੱਤਰ ਪਰੇਡ ਕੀਤੀ ਜਾਵੇ, ਮੈਂ ਵੈਸੇ ਇਹੋ ਜਿਹੀਆਂ ਚੀਜ਼ਾਂ ਦੇ ਹੱਕ ਨਹੀਂ, ਪਰ ਜਿਹੋ ਜਿਹਾ ਇਹਨਾਂ ਦਾ ਕੰਮ ਹੈ ਤਾਂ ਮਾੜਾ ਤਗਮਾ ਇਹਨਾਂ ਨੂੰ ਇਹੋ ਜਿਹੇ ਮਿਲਣਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ। ਪਰ ਯਾਰ ਬਹੁਤ ਆਪਾਂ ਗੱਲ ਕਰਕੇ ਵੀ ਬਹੁਤ ਜਿਹੜਾ ਇਹਨਾਂ ਬੰਦਿਆਂ ਦਾ ਪਤਾ ਕੀਤਾ ਜਾਣਾ ਚਾਹੀਦਾ ਵੀ ਕਿਹਨਾਂ ਨੇ ਹੈਗਾ ਨੰਬਰ ਹੈਗੇ ਆ ਤੁਹਾਡੇ ਕੋਲ, ਇਹਨਾਂ ਨੂੰ ਤੁਸੀਂ ਵਟਸਐਪ ਕਰੋ, ਠੀਕ ਹੈ, ਸਾਨੂੰ ਤਾਂ ਚੱਕਿਆ ਨਹੀਂ, ਸਾਡਾ ਤਾਂ ਤੁਹਾਨੂੰ ਮੈਂ ਲਾਈਵ ਦੇ ਵਿੱਚ ਵੀ ਲਾਇਆ ਸੀ, ਇਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੀ ਹੈ, ਠੀਕ ਹੈ, ਤਾਂ ਕਿ ਯਾਰ ਇਹ ਇੱਕ ਤਰ੍ਹਾਂ ਦਾ ਔਰਤ ਜਾਤੀ ਦੇ ਅਪਮਾਨ ਆ, ਜਿੱਥੋਂ ਦੇ ਜਵਾਕ ਲੰਘਦੇ ਆ ਜਾਂ ਹੈ ਨਾ ਤਾਂ ਉਹ ਪੁੱਛਦੇ ਆ ਵੀ ਯਾਰ ਆਹ ਕੀ ਚੀਜ਼ ਆ ਹੈ ਨਾ। ਸੋ ਮੈਂ ਕਹਿੰਦਾ ਵੀ ਇਹ ਸਾਡੇ ਜਿਹੜਾ ਹੈਗਾ ਪੰਜਾਬ ਦੇ ਭਵਿੱਖ ਕੀ, ਸਾਡੇ ਪੰਜਾਬੀਆਂ ਦੀ ਬੇਇੱਜ਼ਤੀ ਹੈ, ਸਾਡੀਆਂ ਕੰਧਾਂ ਕਾਲੀਆਂ ਕਰਕੇ ਆਪਾਂ ਕਹਿੰਦੇ ਉੱਤੇ ਹੁਣ ਫਿਲਹਾਲ ਅੱਡ ਅੱਡ ਪੱਤਰ ਆ ਜਿਹੜੇ ਹੈਗਾ ਚੈਨਲ ਆ, ਜਿਵੇਂ ਅਜੀਤ ਵਾਲੇ ਬਾਈ ਹੈ, ਠੀਕ ਆ, ਉਦੋਂ ਪਹਿਲਾਂ ਪ੍ਰਾਈਮ ਏਸ਼ੀਆ ਵਾਲੇ ਸੀਗੇ, ਤੋਂ ਬਿਨਾਂ ਹੋਰ। ਮੈਂ ਕਹਿੰਦਾ ਜਿਹੜਾ ਹੈਗਾ ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਇਹ ਮਾਮਲਾ ਚੱਕਿਆ, ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਅਤੇ ਪੁੱਛੋ ਯਾਰ, ਠੀਕ ਆ। ਹੁਣ ਮੰਨ ਲਓ ਇੱਥੋਂ ਜਿਹੜੇ ਜਵਾਕ ਆਉਂਦੇ ਆ ਜਾਂ ਜਿਹੜੀਆਂ ਕੁੜੀਆਂ ਨੇ ਆਉਣਾ ਜਾਂ ਮੁੰਡਿਆਂ ਨੇ ਆਉਣਾ, ਉਹ ਇਹੋ ਪੋਸਟਰ ਲੱਗੇ ਦੇਖਣਗੀਆਂ ਪੜ੍ਹਨਗੀਆਂ ਤਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਸਮਾਜ ਸੇਧ ਮਿਲਣੀ ਆ ਯਾਰ, ਇਹ ਸਿਸਟਮ ਹੈ, ਠੀਕ ਆ। ਖਾਸ ਕਰਕੇ ਕੈਨੇਡਾ ਜਾਣ ਵਾਸਤੇ ਚੱਲ ਠੀਕ ਆ, ਬੰਦੇ ਆਪਦਾ ਮਿਹਨਤ ਕਰਦਾ, ਕੋਈ ਪੜ੍ਹਦਾ ਕੋਈ, ਠੀਕ ਹੈ, ਤਾਂ ਇਹ ਨੰਬਰ ਨੈੱਟ 'ਤੇ ਪਾਤਾ ਬਾਈ, ਤੁਸੀਂ ਕਹਿੰਦਾ ਨੰਬਰ ਇਹਨਾਂ ਦੇ ਆ ਗਏ ਆ ਤੁਹਾਡੇ ਸਾਹਮਣੇ ਆ, ਠੀਕ ਆ, ਇਹਨਾਂ ਨੂੰ ਪੁੱਛੋ ਫੋਨ ਕਰਕੇ, ਠੀਕ ਹੈ। ਇਹ ਬਹੁਤ ਧੱਕਾ ਯਾਰ, ਇਹ ਤਾਂ ਜਮ੍ਹਾਂ ਹੱਦ ਹੈ, ਠੀਕ ਆ। ਸਿਰਫ ਬਲੈਕ ਆਪਾਂ ਕਹੀਏ ਹੌਲੀ ਹੌਲੀ ਸਿੱਧਾ ਕੰਧਾਂ 'ਤੇ ਲਿਖਦਾ ਕਰ ਰਹੇ ਵੀ ਕਿੰਨੇ ਦੇ ਕੁੜੀਆਂ ਵੇਚਣਗੀਆਂ ਜਾਂ ਕੀ ਕਰਨਾ ਹੈ ਨਾ ਇਦੂ, ਕਿਉਂਕਿ ਜਦੋਂ ਆਪਾਂ ਇਹ ਗੱਲ ਸਹਿਜ ਨਹੀਂ ਗੱਲ ਪਹੇ ਦੀ ਆ, ਆਉਣ ਵਾਲੇ ਟਾਈਮ ਦੇ ਵਿੱਚ ਰਾਹ ਬਣ ਜਾਣਾ ਜੇਕਰ ਆਪਾਂ ਨਾ ਬੋਲੇ। ਭਰਾ ਬਣ ਕੇ ਵੱਧ ਤੋਂ ਵੱਧ ਸ਼ੇਅਰ ਕਰੋ, ਦੱਬ ਕੇ ਜਿਹੜਾ ਹੈਗਾ ਹੈ ਨਾ, ਹਾਂ, ਇਹ ਆਪਣਾ ਜਿਹੜਾ ਆਵਾ ਉੱਠ ਜਾਣਾ, ਕੰਮ ਨਿਬੜ ਜਾਣਾ। ਸੋ ਭਰਾ ਬਣ ਕੇ ਤੁਹਾਨੂੰ ਸਾਰਿਆਂ ਨੂੰ ਮੈਂ ਕਹਿਣਾ ਵੀ ਜਿਹੜਾ ਇਹਨਾਂ ਚੀਜ਼ਾਂ ਨੂੰ ਰੋਕਿਆ ਜਾਵੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ, ਅਤੇ ਮਾੜਾ ਦੱਬ ਕੇ ਸ਼ੇਅਰ ਕਰਿਓ ਸਾਰੀ ਚੀਜ਼ ਨੂੰ।